देखो मैं ता पहले दिन तो ये गल कह रहा भी साड़ियाँ कोशिशां ने सरकारां टाल मटोले कर दियां ने सरकारां सारियां दी जिहड़ी इलैक्शन सिस्टम आ वो चाहे बीजेपी होए कांग्रेस होए आप होए वो सारियां दा किते जाके सेंटर एक ही आ सरकारां जिहड़ी इलैक्शन दी प्रक्रिया आ उहदे विच भेड़ां भी अपना नेता चुणदियां ने भेड़ा नेता खोते नूं चुण लैण शेर नूं नहीं चुणगियां क्योंकि गल ही एवें दी आ भेड़ां ज्यादियां ने शेर घट ने गिणती भेड़ां दी वध आ ते भेड़ां ने अपना लीडर खोता चुण लिया उहनूं कोई चैलेंज नहीं कर सकदा क्योंकि अंग्रेजां ने जां दुनिया ने एक इलैक्शन सिस्टम देता इलैक्शन सिस्टम दे विच तुसीं एवें दा कर सकदे हो तुहानूं कोई चैलेंज नहीं कर सकदा उत्थे हुण सरसे वाले कोल वोटां ने ते वोटां वाले बंदे दी उह सुणदे ने तां उहनूं ਪਰੋਲ ਮਿਲਣੀ ਸੁਭਾਵਿਕ ਆ ਅਸਲ ਗੱਲ ਉਹਦੀ ਪਰੋਲ ਤੇ ਨਹੀਂ ਹੈਗੀ ਅਸਲ ਗੱਲ ਹੈਗੀ ਉਹਦੀ ਪੰਜਾਬ ਦੇ ਵਿੱਚ ਪ੍ਰੋਗਰਾਮ ਕਰਾਉਣ ਦੀ ਇਸ ਤੋਂ ਅਗਲੀ ਮੰਸ਼ਾ ਜਿਹੜੀ ਆ ਉਹ ਪੰਜਾਬ ਦੇ ਵਿੱਚ ਪ੍ਰੋਗਰਾਮ ਕੀਤੇ ਪ੍ਰੋਗਰਾਮ ਵੇਖੋ ਜਿਹੜਾ ਅੱਜ ਕੱਲ੍ਹ ਇੱਕ ਤਕਨੀਕ ਆ ਹੁਣ ਆ ਜਿਹੜੀ ਸਾਡੀ ਗੱਲ ਆ ਇਹ ਦੁਨੀਆ ਤੇ ਸੁਣੀ ਜਾਣੀ ਆਪਾਂ ਇਹਨੂੰ ਡੱਕ ਨਹੀਂ ਸਕਦੇ ਜਿਹੜੇ ਉਹਨਾਂ ਨੇ ਸੀੜੀਆਂ ਲਾ ਕੇ ਪੂਰੇ ਪੰਜਾਬ ਦੇ ਵਿੱਚ ਲਗਭਗ ਮਾਲਵੇ 'ਚ ਉੱਥੋਂ ਰਿਲੇ ਕੀਤਾ ਆ ਪ੍ਰੋਗਰਾਮ ਸਰਸੇ ਵਾਲੇ ਦੀ ਜਿਹੜੀ ਉਹਨਾਂ ਗੱਲਬਾਤ ਕਰਾਈ ਆ ਉੱਥੇ ਸਾਨੂੰ ਇਤਰਾਜ ਆ ਅਸੀਂ ਸਰਕਾਰ ਨੂੰ ਇਹ ਗੱਲ ਕਹੀ ਵੀ ਆ ਵੀ ਸਾਨੂੰ ਇਹ ਮੋਰਚਾ ਇੱਕ ਹੋਰ ਇਸ ਗੱਲ ਲਈ ਮੰਗ ਵਧਾਉਣੀ ਪਏ ਵੀ ਤੁਸੀਂ ਇਹਦਾ ਹੱਲ ਕਰੋ ਇਹਨੂੰ ਬੰਦ ਕਰੋ ਉਹ ਪਰੋਲ ਆਏ ਆਪਣੇ ਡੇਰੇ ਕੱਟੇ ਵਾਪਸ ਜਾਏ ਉਹਦਾ ਹੱਕ ਆ ਪਰੋਲ ਦਾ ਸਾਰਿਆਂ ਦਾ ਇਹ ਗੱਲ ਵੱਖਰੀ ਹੈ ਕਿ ਉਸ ਤਰ੍ਹਾਂ ਸਿੱਖਾਂ ਨੂੰ ਨਹੀਂ ਮਿਲਦੇ ਹੈਗੇ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਇਲੈਕਸ਼ਨ ਸਿਸਟਮ ਦੇ ਕਰਕੇ ਬਹੁਤ ਚੀਜ਼ਾਂ ਜਿਹੜੀਆਂ ਨੇ ਵਿਗੜ ਜਾਂਦੀਆਂ ਪਹਿਲਾਂ ਵੀ ਤੁਹਾਡੇ ਚੈਨਲ 'ਤੇ ਇਹੀ ਗੱਲ ਕਹੀ ਸੀ ਕੁਝ ਲੋਕਾਂ ਨੇ ਇਤਰਾਜ਼ ਵੀ ਕੀਤਾ ਸੀ ਮੈਂ ਅੱਜ ਵੀ ਕਹਿੰਦਾ ਮੈਨੂੰ ਕੋਈ ਯਕੀਨ ਨਹੀਂ ਹੈਗਾ ਜਿੰਨਾ ਚਿਰ ਬੰਦੇ ਫੜੇ ਨਹੀਂ ਜਾਂਦੇ ਜਿੰਨਾ ਚਿਰ ਦੋਸ਼ੀਆਂ ਨੂੰ ਅੰਦਰ ਨਹੀਂ ਕਰਦੇ ਵੇਖੋ ਉਹਨਾਂ ਨੇ ਅੰਦਰ ਰਹਿਣਾ ਜਾਂ ਨਹੀਂ ਰਹਿਣਾ ਇਹ ਕਾਨੂੰਨ ਦੀ ਪ੍ਰਕਿਰਿਆ ਹੈ ਇੱਕ ਬੜੀ ਘਟੀਆ ਆ ਕਈ ਥਾਵਾਂ 'ਤੇ ਜਿਵੇਂ 295 ਇਹ ਕੁਛ ਵੀ ਨਹੀਂ ਹੈਗੀ ਬੰਦਾ ਝੱਟ ਬਾਹਰ ਆ ਜਾਂਦਾ ਨਾ ਅਸੀਂ ਚਾਹੁੰਦੇ ਹਾਂ ਵੀ ਜਿਵੇਂ ਦੀਪ ਸਿੱਧੂ ਕਹਿੰਦਾ ਜੀ ਪੰਥ ਦਾ ਮਿਹਣਾ ਘੱਟੋ ਘੱਟ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਪੰਥ ਦੇ ਮਿਹਣੇ 'ਚ ਤਾਂ ਆਉਣ ਇਹ ਗੱਲ ਲੱਗੇ ਵੀ ਹਾਂ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਬੰਦਿਆਂ ਨੂੰ ਇਹ ਗੱਲ ਪੱਕੀ ਉਹਨਾਂ ਨਹੀਂ ਰਹਿਣਾ ਸਦਾ ਪਰ ਕੋਈ ਕਹੇ ਮੈਂ ਅੰਮ੍ਰਿਤਧਾਰੀ ਹਾਂ ਕੋਈ ਕਹੇ ਮੈਂ ਸਿੱਖ ਹਾਂ ਕੋਈ ਕੁਝ ਕਹੇ ਪਰ ਅਸੀਂ ਉਹਨਾਂ ਦੀ ਅੰਮ੍ਰਿਤ ਹੋ ਧਾਰੀ ਹੋਣ 'ਤੇ ਸ਼ੱਕ ਨਹੀਂ ਕਰਦੇ ਅਸੀਂ ਉਹਨਾਂ ਦੀ ਕਿਸ਼ਤਾਂ 'ਤੇ ਸ਼ੱਕ ਨਹੀਂ ਕਰਦੇ ਪਰ ਨੀਅਤ 'ਤੇ ਸ਼ੱਕ ਕਰਨੇ ਆ ਵੀ ਜੇ ਤੁਸੀਂ ਵਾਕਈ ਅੰਮ੍ਰਿਤਧਾਰੀ ਹੋ ਵਾਕਈ ਤੁਹਾਡੀ ਸਰਕਾਰ ਆ ਤਾਂ ਤੁਸੀਂ ਭਾਈ ਕਿਉਂ ਨਹੀਂ ਇਹਦਾ ਹੱਲ ਕਰਦੇ ਸਗੋਂ ਸਾਨੂੰ ਤਾਂ ਤੁਸੀਂ ਉਲਝਾ ਰਹੇ ਹੋ ਲਾਰੇ ਲਾ ਲਾ ਕੇ ਔਰ ਮੈਂ ਨਾ ਪਹਿਲਾਂ ਵਿਸ਼ਵਾਸ ਕੀਤਾ ਜੀ ਨਾ ਹੁਣ ਕਰਦਾ ਜੀ ਸਟੇਜ ਤੋਂ ਵੀ ਇਹੀ ਕਹੂੰਗਾ ਮੈਨੂੰ ਕੋਈ ਵਿਸ਼ਵਾਸ ਨਹੀਂ ਜਿੰਨਾ ਚਿਰ ਕੰਮ ਹੁੰਦਾ ਨਹੀਂ ਹੁਣ ਤੋਂ ਪਹਿਲਾਂ ਵਿਸ਼ਵਾਸ ਕਿਵੇਂ ਕਰ ਲਈਏ ਤਾਂ 1947 ਤੋਂ ਵਿਸ਼ਵਾਸ ਹੀ ਤਾਂ ਕਰ ਰਹੇ ਹਾਂ ਕਿੰਨੇ ਸਾਲ ਹੋ ਗਏ ਨੇ ਜੀ ਮੈਂ ਸੰਤ ਭਿੰਡਰਾਂ ਵਾਲਿਆਂ ਦੀ ਸ਼ਹੀਦ ਹੋਏ ਨੇ ਸਾਡੇ ਉਹਨਾਂ ਦੀ ਗੱਲ 'ਤੇ ਅਟਲ ਹਾਂ ਜਿੰਨਾ ਚਿਰ ਗੱਲ ਹੁੰਦੀ ਨਹੀਂ ਉਹਨਾਂ ਚਿਰ ਕਿਸੇ ਨੂੰ ਅਸੀਂ ਵਧਾਈ ਨਹੀਂ ਦੇ ਸਕਦੇ ਨਾ ਹੀ ਕਹਿ ਸਕਦੇ ਵੀ ਸਰਕਾਰ ਨੇ ਠੀਕ ਕਰਤਾ ਨਾ ਚਾਹੇ ਜੋ ਮਰਜ਼ੀ ਕਰ ਲੈਣਾ ਚਾਹੇ ਉਹ ਨੰਗੇ ਪੈਰੀਂ ਇੱਥੇ ਆ ਜਾਣਾ ਜਿੰਨਾ ਚਿਰ ਉਸ ਗੱਲ ਨੂੰ ਕਰਦੇ ਨਹੀਂ ਉਹਨਾਂ ਚਿਰ ਸਾਡਾ ਪ੍ਰੋਟੈਸਟ ਵੀ ਹੋਊਗਾ ਇਹਦੇ ਰੰਗ ਰੂਪ ਬਦਲਣਗੇ ਵੀ ਮਤਲਬ ਉਹ ਇੱਥੇ ਆਉਣ ਜਾਂ ਨਾ ਆਉਣ ਇਸ ਚੀਜ਼ ਨਾਲ ਕੋਈ ਫਰਕ ਨਹੀਂ ਸਾਨੂੰ ਇਨਸਾਫ ਚਾਹੀਦਾ ਨਹੀਂ ਆਉਣ ਅਸੀਂ ਵੇਖੋ ਆਉਣ ਤੋਂ ਤਾਂ ਆਪਾਂ ਕਿਸੇ ਨੂੰ ਮਨਾ ਹੀ ਨਹੀਂ ਕਰ ਸਕਦੇ ਇਹ ਤਾਂ ਡਾਇਲੋਗ ਤਾਂ ਚੱਲਦਾ ਹੀ ਰਹਿਣਾ ਚਾਹੀਦਾ ਕਦੀ ਵੀ ਬੰਦ ਨਹੀਂ ਹੁੰਦਾ ਉਹ ਆਉਣ ਐਜ ਏ ਸਿੱਖ ਆਉਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਉਣ ਸੰਗਤ ਨੂੰ ਸੰਬੋਧਨ ਹੋਣ ਪਰ ਫੈਸਲਾ ਸੰਗਤ ਨੇ ਕਰਨਾ ਨਾ ਵੀ ਅਸੀਂ ਇਹਨਾਂ ਦੀ ਗੱਲ ਦਾ ਜਵਾਬ ਕੀ ਦੇਣਾ ਮੰਨਣੀ ਇਹਨਾਂ ਦੀ ਗੱਲ ਕਿ ਨਹੀਂ ਮੰਨਣੀ ਮੈਂ ਕਹਿੰਦਾ ਵੀ ਸੰਗਤ ਨੂੰ ਉਹਨਾਂ ਚਿਰ ਨਹੀਂ ਮੰਨਣੀ ਚਾਹੀਦੀ ਜਿੰਨਾ ਚਿਰ ਉਹ ਕੰਮ ਕਰਕੇ ਆ ਜਾਣ ਉਂਝ ਝੂਤੇ ਆਉਂਦੇ ਨੇ ਕਰਕੇ ਆਉਣ ਇੱਥੋਂ ਅਨਾਊਂਸ ਕਰਨ ਵੀ ਆ ਕਰਤਾ ਸੀ ਲੋੜ ਹੀ ਨਹੀਂ ਅਨਾਊਂਸ ਕਰਨ ਦੀ ਜਦੋਂ ਦੋਸ਼ੀ ਅੰਦਰ ਹੋ ਗਏ ਸੰਗਤ ਨੂੰ ਪਤਾ ਨਹੀਂ ਲੱਗ ਜੂਗਾ ਪਤਾ ਲੱਗ ਜਾਏਗਾ ਤੇ ਅਸੀਂ ਫਤਿਹ ਬੁਲਾ ਦੇਵਾਂਗੇ ਅਸੀਂ ਅਖੰਡ ਪਾਠ ਸਾਹਿਬ ਕਰਾ ਕੇ ਸੰਗਤ ਨੂੰ ਸੱਦ ਕੇ ਗੁਰੂ ਸਾਹਿਬ ਦੇ ਸ਼ਿਕਾਨ ਤਾਂ ਪਹਿਲੇ ਦਿਨ ਤੁਸੀਂ ਨੇ ਬਿਲਕੁਲ ਜੇ ਕੋਈ ਵੀ ਕਿਸੇ ਵੀ ਸਰਕਾਰ ਦਾ ਸੀਐਮ ਰਿਹਾ ਹੋਵੇ ਉਸ ਤੋਂ ਇੰਚ ਵੀ ਘੱਟ ਨਹੀਂ ਬਿਲ ਵੇਖੋ ਕੋਈ ਵੀ ਹੋਏ ਜੀ ਜਿਹੜਾ ਮਰਜ਼ੀ ਸਾਡੀ ਗੱਲ ਹੀ ਹੋਈ ਸੀ ਉਹਦਨ ਇੱਥੇ ਵੀ ਥੱਲੇ ਤੋਂ ਲੈ ਕੇ ਉੱਪਰ ਤੱਕ ਸਿਪਾਹੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਜਿਹੜਾ ਵੀ ਬੰਦਾ ਇਹਦੇ ਘੇਰੇ 'ਚ ਆਉਂਦਾ ਹੈ ਉਹ 'ਤੇ ਕਾਰਵਾਈ ਹੋਊਗੀ ਜੇ ਹੋਏਗੀ ਕਰਕੇ ਆ ਜਾਓਗੇ ਤਾਂ ਅਸੀਂ ਤੁਹਾਡਾ ਧੰਨਵਾਦ ਵੀ ਕਰਾਂਗੇ ਸੰਗਤ ਦਾ ਸ਼ੁਕਰਾਨਾ ਵੀ ਕਰਾਂਗੇ ਅਸੀਂ ਫਤਿਹ ਬੁਲਾ ਲਾਂਗੇ ਸਾਨੂੰ ਸ਼ੌਂਕ ਥੋੜ੍ਹਾ ਸੜਕ 'ਤੇ ਬਹਿਣ ਦਾ